ਹਾਂਜੀ ਸਾਥ ਸ਼੍ਰੀ ਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤਰਜੇ ਪੀਐਸਪੀਸੀਐਲ ਜੋ ਅਸਿਸਟੈਂਟ ਲਾਈਨਮੈਨ ਦੀ ਜੋ ਵੈਕੈਂਸੀ ਹੈ ਉਸ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ ਜੀ ਠੀਕ ਹੈ ਜੀ ਕਦੋਂ ਤੋਂ ਇਸ ਦਾ ਅਪਲੀਕੇਸ਼ਨ ਫਾਰਮ ਸਟਾਰਟ ਹੋਣ ਵਾਲੇ ਨੇ ਕੀ ਇਸ ਦੇ ਵਿੱਚ ਕੁਆਲਿਫੀਕੇਸ਼ਨ ਕੰਡੀਸ਼ਨ ਮੰਗੀ ਗਈ ਹੈ ਕੀ ਕੀ ਕੁਆਲਿਫੀਕੇਸ਼ਨ ਰਹੇਗੀ ਸਾਰੀ ਡਿਟੇਲ ਚਾਚਾ ਆਪਾਂ ਇਸ ਵੀਡੀਓ ਦੇ ਵਿੱਚ ਕਰਨੇ ਵਾਰੇ ਆ ਠੀਕ ਹੈ ਜੀ ਸੋ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੇਕਰ ਕੋਈ ਡਾਊਟ ਹੋਇਆ ਤਾਂ ਕਮੈਂਟ ਬਾਕਸ ਨੂੰ ਦੱਸ ਦਿਓ ਠੀਕ ਹੈ ਜੀ ਉਸ ਕਮੈਂਟ ਉਹ ਹ ਤਾਂ ਦੇਖੋ ਰਾਜੀ ਇਹ ਆਪਾਂ ਨੋਟੀਫਿਕੇਸ਼ਨ ਦੇ ਉੱਪਰ ਖੜੇ ਆ ਜਿਸਦੇ ਵਿੱਚ ਦਿੱਤਾ ਹੈ ਇਹਨਾਂ ਨੇ ਆਨਲਾਈਨ ਐਪਲੀਕੇਸ਼ਨ ਜੋ ਯਾਨੀ ਕਿ ਜੋ ਸਟਾਰਟ ਹੋਣਗੇ ਐਪਲੀਕੇਸ਼ਨ ਫਾਰਮ ਰਜਿਸਟ੍ਰੇਸ਼ਨ ਵਾਸਤੇ ਤੇ ਅਰ ਜੀ ਫੀਸ ਜਮ੍ਹਾਂ ਕਰਨ ਵਾਸਤੇ ਜੋ ਸ਼ੁਰੂਆਤੀ ਮਿਤੀ ਦੱਸੀ ਗਈ ਹੈ ਉਹ 31 7 ਤੱਕ ਸੀ ਯਾ ਰਾਜੀ ਠੀਕ ਹੈ ਜੀ 31 ਜੁਲਾਈ ਤੋਂ ਜੋ ਐਪਲੀਕੇਸ਼ਨ ਫਾਰਮ ਨੇ ਤੁਹਾਡੇ ਸਟਾਰਟ ਹੋਣ ਜਾ ਰਹੇ ਨੇ ਇਹ ਜੋ ਫੀਸ ਭਰਨ ਦੀ ਯਾਨੀ ਕਿ ਰਜਿਸਟ੍ਰੇਸ਼ਨ ਵਾਸਤੇ ਆਖਰੀ ਫੀਸ ਰਹੇਗੀ ਉਹ 29 8 ਰਹੇਗੀ ਠੀਕ ਹੈ ਜੀ ਇਸ ਤੱਕ ਤੁਸੀਂ ਫਾਰਮਾਂ ਜੋ ਭਰ ਸਕਦੇ ਹੋ ਤੇ ਨੀਚੇ ਚੱਲਾਂਗੇ ਦੇਖੋ ਆਪਾਂ ਤਨਖਾਹ ਸਕੇਲ ਪੱਤੇ ਸਾਰਾ ਕੁਝ ਦਿੱਤਾ ਹੈ ਜਿਸ ਦੇ ਵੀ 7ਵੇਂ ਪੇਜ ਕੁਸ਼ਨ ਦੇ ਮੁਤਾਬਿਕ ਇਸ ਦਿੱਤਾ ਗਿਆ ਜੀ ਠੀਕ ਹੈ ਜਿਕਰ ਕਰ ਗਰੀ ਆਪਾਂ ਸਾਮੀਆਂ ਦੀ ਤਾਂ ਇਸ ਦੇ ਵਿੱਚ ਕੋਲ 1690 ਜੋ ਵੈਕੈਂਸੀ ਦਿੱਤੀ ਗਈਆਂ ਨੇ ਤੇ ਕੈਟਾਗਰੀ ਵਾਈਜ਼ ਇਸ ਦੇ ਵਿੱਚ ਪੋਸਟਾਂ ਵੰਡੀਆਂ ਗਈਆਂ ਨੇ ਤਾਂ ਤੁਸੀਂ ਆਪਣੀ ਆਪਣੀ ਕੈਟਾਗਰੀ ਵਾਈਜ਼ ਦੇਖਣ ਜੋ ਪੋਸਟਾਂ ਇਹ ਚੈੱਕ ਕਰ ਲਿਓ ਠੀਕ ਹੈ ਟੋਟਲ ਪੋਸਟਾਂ ਜਿਕਰ ਕਰ ਲਈ ਆਪਾਂ ਦੇਖੋ 1690 ਦਿੱਤੀਆਂ ਗਈਆਂ ਨੇ 1690 ਪੋਸਟਾਂ ਠੀਕ ਹੈ ਨਾਲੇ ਦੇਖੋ ਇਸ ਦੇ ਵਿੱਚ ਨੋਟ ਦਿੱਤਾ ਗਿਆ ਹੈ ਕਿ ਰਾਖਵੇਂ ਕਰਨ ਵਾਸਤੇ ਯਾਨੀ ਕਿ ਪੰਜਾਬ ਡੋਮਿਸਾਈਲ ਵਾਸਤੇ ਰੱਖਿਆ ਗਿਆ ਹੈ ਕਿ ਰਾਖਵੇਂ ਕਰਨ ਦਾ ਲਾਭ ਜੋ ਕੇਵਲ ਪੰਜਾਬ ਦੇ ਬਸਨੀਕਰ ਨੂੰ ਹੀ ਹੋ ਠੀਕ ਉਹਨਾਂ ਨੂੰ ਹੀ ਮਿਲੇਗਾ ਜੇਕਰ ਟੋਮੀ ਸੈਲਾ ਜੀ ਠੀਕ ਹੈ ਗੱਲ ਕਰਦੇ ਆਪਾਂ ਵਿਦਿਅਕ ਯੋਗਤਾ ਦੀ ਜਿਹਨੂੰ ਕੁਆਲਿਫੀਕੇਸ਼ਨ ਦੀ ਜੋ ਕਿ ਪੋਸਟ ਆਪਣੀ ਸਾਮੀ ਦਾ ਨਾਮ ਹੈ ਸਾਈਕਲਨਮਨ ਐਲ ਐਮ ਦੀ ਠੀਕ ਹੈ ਜਿਸ ਦੇ ਵੀ 1690 ਪੋਸਟਾਂ ਦਿੱਤੀਆਂ ਨੇ ਤੇ ਵਿਦਿਅਕ ਯੋਗਤਾ ਰਾਹੀਂ ਇਸ ਵਿੱਚ ਦੇਖੋ ਧਿਆਨ ਨਾਲ ਸਮਝੋ ਸਭ ਤੋਂ ਪਹਿਲਾਂ ਮੰਗੀ ਗਈ ਇਸ ਦੇ ਵਿੱਚ 10ਵੀਂ ਠੀਕ ਹੈ 10ਵੀਂ ਦੇ ਵਿੱਚ ਆਪਣਾ ਸਵਮ ਆਪਿਆਂ ਆਪਦੀ ਪਰਮਚ ਮੰਗੀ ਜਾਂਦੀ ਹੈ ਜੋ ਕਿ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ 10ਵੀਂ ਦੇ ਵਿੱਚ ਨਾਲ ਹੀ ਇਸ ਦੇ ਵਿੱਚ ਦੇਖੋ ਬਰਾਬਰ ਦੀ ਪ੍ਰੀਖਿਆ ਜਾ ਲਰਮਨ ਟ੍ਰੇਡ ਦੇ ਵਿੱਚ ਰਾਸ਼ਟਰੀ ਸਖਿਆਰਤੀਪਨ ਸਰਟੀਫਿਕੇਟ ਜੁਨਕੀ ਐਨਏਸੀ ਠੀਕ ਹੈ ਜਨਕੀ ਨੈਸ਼ਨਲ ਅਪ੍ਰੈਂਟਿਸਿਪ ਜੋ ਸਰਟੀਫਿਕੇਟ ਹੈ ਇਹ ਹੁਣ ਲਾਜ਼ਮੀ ਹੈ ਇਸ ਦੇ ਵਿੱਚ ਮੰਗੇ ਗਿਆ ਠੀਕ ਹੈ ਜੀ ਨਾਲ ਹੀ ਸੈਕ ਨੰਬਰ ਦੇਖੋ ਜਿੰਨਾ ਉਮੀਦਵਾਰ ਕੋਲ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਗਰੀ ਡਿਪਲੋਮਾ ਹੈ ਉਹਨਾਂ ਨੂੰ ਤਾਂ ਹੀ ਮੰਨੇ ਜਾਵੇਗਾ ਜੇਕਰ ਉਹਨਾਂ ਕੋਲ ਘੱਟੋ ਘੱਟ ਯੋਗਤਾਮਾ ਭਾਵ ਲਰਮਨ ਟ੍ਰੇਡ ਦੇ ਵਿੱਚ ਨੈਸ਼ਨਲ ਅਪ੍ਰੈਂਟਿਸਿਪ ਸਰਟੀਫਿਕੇਟ ਹੋਵੇ ਠੀਕ ਹੈ ਜੀ ਇਹ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਗਰੀ ਤਾਂ ਹੀ ਮੰਨੇ ਜਾਵੇਗਾ ਜੇਕਰ ਤੁਹਾਡੇ ਕੋਲ ਐਨਏ ਸੀ ਠੀਕ ਹੈ ਸਰਟੀਫਿਕੇਟ ਹੈ ਤੁਹਾਡੇ ਕੋਲ ਠੀਕ ਹੈ ਜੀ ਯਾਨੀ ਕਿ ਨੈਸ਼ਨਲ ਅਪਰੈਂਟਿਸਿਪ ਜੋ ਸਰਟੀਫਿਕੇਟ ਹੈ ਇਹ ਹੁਣ ਲਾਜ਼ਮੀ ਹੈ ਇਹ ਨੀਚੇ ਵੀ ਦੇਖ ਲਓ ਤੁਸੀਂ ਇਸ ਵਿੱਚ ਨੋਟ ਵੀ ਦੱਸਿਆ ਨੇ ਇਹ ਤੁਸੀਂ ਨੋਟ ਦੇਖ ਸਕਦੇ ਹੋ ਸਾਰੇ ਉਮੀਦਵਾਰਾਂ ਕੋਲ ਇਸ ਸਾਮੀ ਦੇ ਲਈ ਕੀਤੀ ਜਾਣ ਵਾਲੀ ਪਹਿਲੀ ਦਸਤਾਵੇਜ਼ ਚੈਕਿੰਗ ਸ਼ਡਿਊਲ ਦੇ ਪਹਿਲੇ ਦਿਨ ਤੱਕ ਸਿਲਾਈਨਮੈਂਟ ਟ੍ਰੇਡ ਦੇ ਵਿੱਚ ਰਾਸ਼ਟਰੀ ਸਖਿਆਰਤੀਪਨ ਸਰਟੀਫਿਕੇਟ ਯਾਨੀ ਕਿ ਐਨਏਸੀ ਹੈ ਜੋ ਉਹ ਜਾਰੀ ਹੋਣਾ ਲਾਜ਼ਮੀ ਹੈ ਜੀ ਠੀਕ ਹੈ ਤਾਂ ਰਾਜੇ ਦੇਖੋ ਕੱਲੀ ਇਲੈਕਟ੍ਰਿਕ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਵਾਲਾ ਮਤਲਬ ਕਿ ਇਹ ਮੰਨਣ ਨਹੀਂ ਜਾਵੇਗਾ ਜਿੰਨਾ ਤੱਕ ਤੁਹਾਡੇ ਕੋਲ ਸਰਟੀਫਿਕੇਟ ਠੀਕ ਹੈ ਐਨਏਸੀ ਦਾ ਸਰਟੀਫਿਕੇਟ ਇਸ ਦੇ ਵਿੱਚ ਲਾਜ਼ਮੀ ਆ ਨਾਲ ਹੀ ਦਸਵੀਂ ਠੀਕ ਹੈ ਜੀ ਤਾਂ ਆਈ ਹੋਪ ਤੁਹਾਡਾ ਡਾਊਟ ਦੂਰ ਹੋ ਗਿਆ ਹੋਵੇਗਾ ਤਾਂ ਐਨਏਸੀ ਸਰਟੀਫਿਕੇਟ ਜਿਹੜੋ ਨੈਸ਼ਨਲ ਅਪ੍ਰੈਂਟਿਸਸ਼ਿਪ ਦਾ ਠੀਕ ਹੈ ਉਹ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਇਸ ਦੇ ਵਿੱਚ ਤੇ ਨੈਕਸਟ ਜੇਕਰ ਗੱਲ ਕਰੀਏ ਆਪਾਂ ਦੇਖੋ ਪੰਜਾਬੀ ਦਾ ਗਿਆਨ ਉਹ ਦਸਵੀਂ ਦੇ ਵਿੱਚ ਮੰਗੇਗਾ ਇਸ ਦੇ ਵਿੱਚ ਠੀਕ ਹੈ ਉਮਰ ਸੀਮਾ ਦੀ ਗੱਲ ਕਰੀਏ ਜੇਕਰ ਆਪਾਂ ਤਾਂ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਣਗੇ ਠੀਕ ਹੈ ਬਾਕੀ ਉਮਰ ਛੋਟ ਇਸ ਦੇ ਵਿੱਚ ਦਿੱਤੀ ਗਈ ਹੈ ਕਿਹੜੀ ਕਿਹੜੀ ਕੈਟਾਗਰੀ ਵਾਈਜ਼ ਦਿੱਤੀ ਗਈ ਦੇਖੋ ਅਨੁਸੂਚਿਤ ਸਾਬਕਾ ਸੈਨਿਕ ਨੇ ਜਿਹੜੇ ਸੈਲਫ ਨੇ ਠੀਕ ਹੈ ਦਿਵੰਗ ਜਨ ਨੂੰ ਉਮੀਦਵਾਰ ਨੇ ਜਿਹੜਾ ਉਹਨਾਂ ਨੂੰ ਠੀਕ ਹੈ ਨੂੰ ਉਸੇ ਚਾਤੀ ਨੂੰ ਜਿਵੇਂ 5 ਸਾਲ ਦਾ ਦਿੱਤਾ ਜਾਂਦਾ ਛੋਟਾ ਠੀਕ ਹੈ ਤੇ ਉਸੇ ਤਰ੍ਹਾਂ ਹੀ ਐਕਸ ਸਰਵਿਸਮੈਨ ਨੂੰ ਦਿਵੰਗ ਜਨ ਨੂੰ 10 ਸਾਲ ਦਾ ਠੀਕ ਹੈ ਸਾਰਿਆਂ ਨੂੰ ਹੀ ਜੋ ਛੋਟਾ ਇਸ ਦੇ ਵਿੱਚ ਦਿੱਤੀ ਗਈ ਹੈ ਠੀਕ ਹੈ ਜੀ ਜਿਵੇਂ ਕਿ ਪਹਿਲਾਂ ਆਪਣੇ ਗਵਰਨਮੈਂਟ ਰੂਲ ਦੇ ਮੁਤਾਬਿਕ ਸਰਟੀਫਿਕੇਟ ਆਪ ਨੂੰ ਮਿਲਦੀ ਹੈ ਸਰਟੀਫਿਕੇਟਾਂ ਦੇ ਮੁਤਾਬਿਕ ਠੀਕ ਹੈ ਗੱਲ ਕਰੀਏ ਦੇਖੋ ਪੇਪਰ ਦੀ ਜੋ ਪੇਪਰ ਪੈਟਰਨ ਰਹੇਗਾ ਕਿੰਨੇ ਕਨੇ ਕੁਸਚਨ ਪੁੱਛੇ ਜਾਣਗੇ ਇਸ ਦੇ ਵਿੱਚੋਂ ਤਾਂ ਇਸ ਦੇ ਵਿੱਚ ਤੁਸੀਂ ਬਿਲਕੁਲ ਆਸਾਨ ਜਿਨਾ ਪੰਜਾਬੀ ਦੇ ਵਿੱਚ ਲਿਗਾ ਦੇਖੋ ਜੇ ਕੋ ਆਪਣੇ ਕੋਲ ਪਹਿਲਾ ਹੈ ਜੀ ਅਸਾਮੀ ਨਾਲ ਸੰਬੰਧਿਤ ਤਕਨੀਕੀ ਗਿਆਨ ਪੁੱਛਿਆ ਜਾਵੇਗਾ ਜਿਸ ਦੇ ਵਿੱਚੋਂ ਪ੍ਰਸ਼ਨਾਂ ਦੀ ਗਿਣਤੀ 50 ਰਹੇਗੀ ਜਿਹਨੀਆਂ ਕਿੜੀ ਆਪਣੀ ਲੈਂਡਮੈਨ ਅਸਿਸਟੈਂਟ ਲੈਂਡਮੈਨ ਦੀ ਵੈਕੈਂਸੀ ਹੈ ਤਾਂ ਇਸ ਨਾਲ ਸੰਬੰਧਿਤ ਆਪਣੇ ਜੋ ਤਕਨੀਕੀ ਗਿਆਨ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ 50 ਠੀਕ ਹੈ ਸੈਕੰਡ ਨੰਬਰ ਤੇ ਪੰਜਾਬੀ ਵਿਆਕਰਨ ਪੁੱਛੀ ਜਾਵੇਗੀ ਪੰਜਾਬੀ ਵਿਆਕਰਨ ਦਾ ਗਿਆਨ ਹੈ ਇਸ ਦੇ ਵਿੱਚੋਂ 20 ਪ੍ਰਸ਼ਨ ਪੁੱਛੇ ਜਾਣਗੇ ਫਿਰ ਆਮ ਗਿਆਨ ਹੋਏਗਾ ਜਨਨ ਕਿ ਜਨਰਲ ਨੋਲਜ ਹੋਏਗੀ ਜੀਕੇ ਜਿਸ ਦੇ ਵਿੱਚ 10 ਕੁਐਸਚਨ ਆਣਗੇ ਫਿਰ ਹੈ ਜੀ ਰੀਜ਼ਨਿੰਗ ਆਪਣੇ ਕੋਲ ਇਸ ਗਣਿਤ ਤੇ ਆਪਣੇ ਕੋਲ ਅਰਥਮੈਟਿਕ ਜਿਸ ਦੇ ਵਿੱਚੋਂ 10 ਕੁਐਸਚਨ ਆਣਗੇ ਟੋਟਲ ਕੁਐਸਚਨ ਆਣਗੇ ਆਪਣੇ ਕੋਲ 100 ਕੁੱਲ ਜੀ ਠੀਕ ਹੈ ਤਾਂ 100 ਕੁਐਸਚਨ ਆਣਗੇ ਆਪਣੇ ਕੋਲ ਤੇ ਇਹ ਨੀਚੇ ਦੇਖੋ ਬਹੁਤ ਬੱਚਿਆਂ ਨੂੰ ਡਾਊਟ ਰਹਿੰਦਾ ਇੱਥੇ ਦੇਖੋ ਧਿਆਨ ਨਾਲ ਦੇਖੋ ਰਾਜੀ ਜੋ ਇਹ ਪੁਆਇੰਟ ਲਿਖਿਆ ਦੇਖੋ ਜੋ ਕਿ ਪ੍ਰੀਖਿਆ ਹੈ ਇਹ ਦੋ ਪਾਸਿ ਰਹੀਗੀ ਜਿਸ ਦੇ ਵਿੱਚ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਪੇਪਰ ਆਏਗਾ ਤੁਹਾਡਾ ਤੇ ਪੇਪਰ ਜਿਹੜਾ ਆਨਲਾਈਨ ਰਹੇਗਾ ਜਾਏਗਾ ਠੀਕ ਹੈ ਜੀ ਸੀਬੀਟੀ ਤੁਹਾਡਾ ਪੇਪਰ ਰਹੇਗਾ ਆਨਲਾਈਨ ਪ੍ਰੀਖਿਆ ਜੋ ਠੀਕ ਹੈ ਕੰਪਿਊਟਰ ਬੇਸਡ ਰਹੇਗਾ ਜਿਸ ਦੇ ਵਿੱਚ ਦੱਸਿਆ ਇਹਨਾਂ ਨੇ ਅੰਗਰੇਜ਼ੀ ਦੇ ਪੰਜਾਬੀ ਭਾਸ਼ਾ ਸਪੋਰਟ ਨਾਲ ਜੋ ਵਿਕਲਪ ਤੁਹਾਡੇ ਕੋਲ ਹੋਵੇਗਾ ਉਸ ਸਮੇਂ ਠੀਕ ਹੈ ਜਿਸ ਦੇ ਵਿੱਚ 100 ਆਬਜੈਕਟ ਟਾਈਪ ਕੁਐਸਚਨ ਹੋਣਗੇ ਐਮਸੀਕਿਊ ਦੇ ਵਿੱਚ ਠੀਕ ਹੈ ਜੀ ਤੇ ਆਨਲਾਈਨ ਪੇਪਰ ਦੇ ਵਿੱਚ 100 100 ਆਬਜੈਕਟ ਟਾਈਪ ਪ੍ਰਸ਼ਨ ਹੋਣਗੇ ਤੇ ਸਹੀ ਉੱਤਰ ਦਾ ਇੱਕ ਅੰਕ ਹੋਵੇਗਾ ਤੇ ਪ੍ਰੀਖਿਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ 네ਗੇਟਿਵ ਮਾਰਕਿੰਗ ਹੈ ਉਹ ਨਹੀਂ ਹੋਵੇਗੀ ਠੀਕ ਹੈ ਜੀ ਆਈ ਹੋਪ ਤੁਹਾਡਾ ਇਹ ਵੀ ਡਾਊਟ ਦੂਰ ਹੋ ਗਿਆ ਹੋਵੇਗਾ ਆਨਲਾਈਨ ਪੇਪਰ ਹੋਵੇਗਾ ਦੋ ਪੇਸ਼ਾ ਮਾ ਹੋਣਗੇ ਆਂਗਰੇਜ਼ੀ ਦੇ ਪੰਜਾਬੀ ਦੇ ਵਿੱਚ 100 ਐਮਸੀਕਿਊ ਕੁਐਸਚਨ ਪੁੱਛੇ ਜਾਣਗੇ ਤੇ ਕੋਈ ਵੀ 네ਗੇਟਿਵ ਮਾਰਕਿੰ ਤਾਂ ਆਨਲਾਈਨ ਪ੍ਰੀਖਿਆ ਦੀ ਸਲਿਪਸ ਬਾਅਦ ਵਿੱਚ ਬਖਰੇ ਤੌਰ ਤੇ ਪੀਐਸਪੀਸੀਐਲ ਦੀ ਵੈਬਸਾਈਟ ਦੇ ਉੱਪਰ ਉਹ ਜਾਰੀ ਕੀਤਾ ਜਾਵੇਗਾ ਠੀਕ ਹੈ ਜੀ ਜਿਵੇਂ ਕਿ ਹੁਣ ਆਪਣੇ ਜੋ ਵੈਕੈਂਸੀਜ਼ ਆਈਆਂ تھیں ਸਾਰੀਆਂ ਹੀ ਉਹਨਾਂ ਸਲਿਪਸ ਜੋ ਆਊਟ ਕੀਤਾ ਗਿਆ ਇਸੇ ਤਰ੍ਹਾਂ ਹੀ ਜਦੋਂ ਇਹ ਚਾਲੂ ਹੋ ਜਾਣਗੇ ਫਾਰਮ ਇਸ ਦੇ ਬਾਅਦ ਜਦੋਂ ਉਸ ਤੋਂ ਬਾਅਦ ਇਹਦਾ ਜੋ ਇਹਦੀ ਵੈਬਸਾਈਟ ਆ ਪੀਐਸਪੀਸੀਐਲ ਦੀ ਇਸ ਦੇ ਉੱਪਰ ਵਿਜ਼ਿਟ ਕਰਦੇ ਰਹੋ ਇਸਦਾ ਸਲਿਪਸ ਜੋ ਉਹ ਪਾ ਦਿੱਤਾ ਜਾਵੇਗਾ ਜੀ ਠੀਕ ਹੈ ਗੱਲ ਕਰੀ ਜੇਕਰ ਦੇਖੋ ਇਸ ਦੇ ਵਿੱਚ ਘਟੋ-ਘਟ ਜੋ ਪਾਸ ਅੰਕ ਰੱਖੇ ਗਏ ਨੇ ਠੀਕ ਹੈ ਜਨਰਲ ਸ਼੍ਰੇਣੀ ਵਾਸਤੇ 30% ਰੱਖੇ ਗਏ ਨੇ ਤੇ ਰਿజర్ਵ ਸੈਟਿੰਗ ਵਾਸਤੇ ਉਮੀਦਵਾਰ ਜਿਹੜੋ 25% ਜੋ ਘੱਟੋ ਘੱਟ ਲੈਣੇ ਲਾਜ਼ਮੀ ਨੇ ਇਸ ਤੋਂ ਬਿਨਾਂ ਤੁਸੀਂ ਡਿਸਕਵਾਲਿਫਾਈ ਕਰਤੇ ਜਾਓਗੇ ਇਗਜ਼ਾਮ ਦੇ ਵਿੱਚੋਂ ਠੀਕ ਹੈ ਜੀ ਤੇ ਇਸ ਦੇ ਪੇਪਰ ਦੇ ਵਿੱਚ ਨਾਰਮਲਾਈਜੇਸ਼ਨ ਵੀ ਹੋਵੇਗਾ ਜਿਵੇਂ ਕਿ ਕੰਪਿਊਟਰ ਬੇਸਡ ਹੋਵੇਗਾ ਕਿਉਂਕਿ ਇਸ ਦੇ ਵਿੱਚ ਜੋ ਸ਼ਿਫਟਾਂ ਦੇ ਵਾਈਜ਼ ਪੇਪਰ ਹੁੰਦਾ ਹੈ ਤਾਂ ਸ਼ਿਫਟ ਦੇ ਦੇਖ ਕੇ ਨਾਰਮਲਾਈਜੇਸ਼ਨ ਕੀਤਾ ਜਾਵੇਗਾ ਠੀਕ ਹੈ ਜੀ ਨੰਬਰ ਜਿਹਦੇ ਵਿੱਚ ਚ ਵਧ ਘੱਟ ਜਾਂਦੇ ਨੇ ਤਾਂ ਉਹ ਨਾਰਮਲਾਈਜੇਸ਼ਨ ਇਸ ਦੇ ਵਿੱਚ ਕੀਤਾ ਜਾਵੇਗਾ ਨੈਕਸਟ ਦੇਖੋ ਰਾਜੇ ਟ੍ਰੇਨਿੰਗ ਬਾਰੇ ਵੀ ਦਿੱਤਾ ਗਿਆ ਸਿਗਲਾਈ ਬਾਰੇ ਜਾਨੀ ਕਿ ਜਿਹੜੇ ਚੁਣੇ ਗਏ ਉਮੀਦਵਾਰ ਹੋਣਗੇ ਉਹ ਪੀ ਸ਼ਕਤੀ ਵਿਹਾਰ ਪੀਐਸਪੀਸੀਐਲ ਪਟਿਆਲਾ ਵਿਖੇ ਸਿਕਲਾਈ ਦਿੱਤੀ ਜਾਵੇਗੀ ਉਹਨਾਂ ਨੂੰ ਜਿਹੜੇ ਕਿ ਇਹ ਚੁਣੇ ਜਾਣਗੇ ਇਸ ਉਮੀਦਵਾਰ 1690 ਜਿਹੜੇ ਉਮੀਦਵਾਰ ਚੁਣੇ ਜਾਣਗੇ ਸੋ ਉਹਨਾਂ ਨੂੰ ਸਿਕਲਾਈ ਦਿੱਤੀ ਜਾਵੇਗੀ ਜੀ ਪੀਐਸਪੀਸੀਐਲ ਪਟਿਆਲਾ ਵਿਖੇ ਠੀਕ ਹੈ ਤੇ ਗੱਲ ਕਰੀ ਜੇਕਰ ਆਨਲਾਈਨ ਫੀਸ ਦੀ ਤਾਂ ਇਸ ਦੇ ਵਾਸਤੇ ਦੇਖੋ ਜੋ ਆਨਲਾਈਨ ਫੀਸ ਰੱਖੀ ਗਈ ਹੈ ਤਾਂ ਜੇਕਰ ਗੱਲ ਕਰੀ ਆਪਾਂ ਸਭ ਤੋਂ ਪਹਿਲਾਂ ਅਨੁਸੂਚਿਤ ਸ਼੍ਰੇਣੀ ਅਤੇ ਦਿਵੰਗ ਸ਼੍ਰੇਣੀ ਵਾਲੇ ਉਮੀਦਵਾਰਾਂ ਨੂੰ ਛੱਡ ਕੇ ਜਿਹੜੇ ਵੀ ਅਮੀਰਵਾਦ ਬਚ ਗਏ ਇੱਕ ਤਾਂ ਅਨੁਸੂਚਿਤ ਸ਼੍ਰੇਣੀ ਤੇ ਇੱਕ ਦਿਵੰਗ ਸ਼੍ਰੇਣੀ ਸੋ ਇਹਨਾਂ ਦੋਹਾਂ ਸ਼੍ਰੇਣੀਆਂ ਨੂੰ ਛੱਡ ਕੇ ਜਿਹੜੇ ਵੀ ਉਮੀਦਵਾਰ ਬਾਕੀ ਰਹਿੰਦੇ ਨੇ ਉਹਨਾਂ ਨੂੰ ਫੀਸ ਹੈ ਜੀ ਅਪਲੀਕੇਸ਼ਨ ਫੀਸ ਦਾ 800 ਰੁਪਏ ਹੈ ਨਾਲ ਜੋ GST ਲਗਾਇਆ ਗਿਆ ਹੈ 140 ਰੁਪਏ ਠੀਕ ਹੈ ਟੋਟਲ ਫੀਸ ਹੋ ਗਈ 940 ਰੁਪਏ ਠੀਕ ਹੈ ਜੀ ਬਾਕੀ ਬੈਂਕ ਖਰਚੇ ਜੋ ਅਲੱਗ ਤੋਂ ਐਡ ਕੀਤਾ ਇਹਨਾਂ ਨੇ ਬਾਕੀ ਫੀਸ ਹੈ ਜਿਹੜੀ 940 ਤੇ ਦੱਸੀ ਹੈ ਜਿਹੜੇ ਦੋ ਸ਼੍ਰੇਣੀ ਰਹੇਗੇ ਦੇਖੋ ਅਨੁਸੂਚਿਤ ਸ਼੍ਰੇਣੀ ਤੇ ਦਿਵੰਗ ਜਨ ਸ਼੍ਰੇਣੀ ਹੈ ਜਿਹੜੀ ਸੋ ਉਹਨਾਂ ਵਾਸਤੇ ਜੋ ਫੀਸ ਹੈ ਦੇਖੋ ਉਹਨਾਂ ਵਾਸਤੇ 500 ਰੁਪਏ ਦਾ ਅਪਲੀਕੇਸ਼ਨ ਫੀਸ ਹੈ 90 ਰੁਪਏ ਜੋ GST ਹੈ ਤਾਂ ਕੁੱਲ ਹੋ ਗਈ 59 ਆਈ ਹੋਪ ਤੁਹਾਡਾ ਫੀਸ ਵਾਸਤੇ ਵੀ ਡਾਕਟਰ ਜੀ ਦੂਰ ਹੋ ਗਿਆ ਹੋਵੇਗਾ ਤੇਰਾ ਜੀ ਜੀ ਕੋਲ ਹੋ ਵੀ ਡਾਕਟਰ ਸਾਨੂੰ ਕਮੈਂਟ ਬਾਕਸ ਨੂੰ ਦੱਸ ਦਿਓ ਸੋਚ ਨੂੰ ਹਲਕਾਂ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜੀ ਆਪਾਂ ਠੀਕ ਹੈ ਤੇ ਇਸ ਵੀਡੀਓ ਵਿੱਚ ਇੰਨੀ ਹੀ ਅਪਡੇਟਸ ਸੀ ਸੋ ਵੀਡੀਓ ਨੂੰ ਬਾਤਵਾ ਸ਼ੇਅਰ ਕਰਿਓ ਆਪਣੇ ਦੋਸਤਾਂ ਨੂੰ ਤੇ ਚੈਨਲ ਨਾਲ ਨਵੇਂ ਜੁੜੋ ਤੇ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਆ नेक्स्ट टाइम नेक्स्ट ਵੀਡੀਓ ਵਿੱਚ ਤਦ ਲਈ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ